ਮਾਮਾ ਅਤੇ ਮਾਮੀ ਜਿਹੜੇ ਕੈਨੇਡਾ ਤੋਂ ਆਏ ਹੋਏ ਸੀ ਉਹ ਬਾਜ਼ਾਰ ਵਿੱਚ ਸ਼ੋਪਿੰਗ ਕਰ ਰਹੇ ਸੀ ਅਤੇ ਕੋਈ ਦੋ ਜਿਹੜੇ ਨੌਜਵਾਨ ਸੀ ਉਹਨਾਂ ਦਾ ਪਰਸ ਖੋਹ ਕੇ ਲੈ ਗਏ। ਮੁਖਬਰ ਨੇ ਇਤਲਾਹ ਦਿੱਤੀ ਵੀ ਜਿਹੜੇ ਬੰਦੇ ਜਿਹੜੇ ਕੱਲ੍ਹ ਇੱਥੇ ਵਾਰਦਾਤ ਕਰਕੇ ਗਏ ਨੇ ਅੱਜ ਫਿਰ ਵਾਰਦਾਤ ਕਰਨ ਆ ਰਹੇ ਨੇ, ਜਿਸ 'ਤੇ ਇਸ ਸਤਨਾਮ ਸਿੰਘ ਨੇ ਇਹਨਾਂ ਦੋ ਮੋਨੇ ਨੌਜਵਾਨਾਂ ਨੂੰ ਰੋਕ ਕੇ ਜਿਹੜਾ ਆ ਪੁੱਛਗਿੱਛ ਕੀਤੀ ਅਤੇ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਵੀ ਅਸੀਂ ਕੱਲ੍ਹ ਜਿਹੜਾ ਪਰਸ ਖੋਇਆ ਸੀ ਉਹ ਅਸੀਂ ਜਿਹੜਾ ਆ ਫਲਾਣੀ ਜਗ੍ਹਾ ਛੁੱਟਿਆ। ਅਤੇ $200 ਜਿਹੜੇ ਡਾਲਰ ਕੈਨੇਡੀਅਨ ਸੀ, $115 ਅਮੈਰੀਕਨ ਸੀ ਅਤੇ 11,000 ਇੰਡੀਅਨ ਕਰੰਸੀ ਸੀ। ਉਸ ਤੋਂ ਇਲਾਵਾ ਜਿਹੜੇ ਸੋਨੇ ਦੇ ਵਿੱਚ ਇੱਕ ਚੈਨ ਸੀ, 4 ਮੁੰਦਰੀਆਂ ਸੀ, 3 ਵੰਗਾਂ ਸੀ, 1 ਕੜਾ ਸੀ। ਇਸ ਤੋਂ ਇਲਾਵਾ ਗੋਲਡ ਜਿਹੜਾ ਹੈਗਾ ਆਪਣਾ ਵਾਈਟ ਗੋਲਡ, ਉਹਦੇ ਜਿਹੜੇ ਕਾਫੀ ਮਹਿੰਗੇ ਨੇ 2 ਝੁਮਕੇ ਉਹ ਵੀ ਸੀ। ਹੁਸ਼ਿਆਰਪੁਰ ਪੁਲਿਸ ਨੇ ਲੁੱਟ ਦੀ ਵਾਰਦਾਤ ਦੇ ਆਰੋਪੀਆਂ ਨੂੰ 12 ਘੰਟਿਆਂ ਵਿੱਚ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਨੂੰ ਇੱਕ ਪਲੈਟੀਨਮ ਸਵਾਰ 2 ਨੌਜਵਾਨਾਂ ਵੱਲੋਂ ਦਿੱਤਾ ਗਿਆ ਸੀ ਅਤੇ ਇੱਕ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ ਸਨ, ਜਿਸ ਵਿੱਚ 2 ਐਪਲ ਦੇ ਫੋਨ, 2 ਸੋਨੇ ਦੀ ਗਜਰੇ, 1 ਸੋਨੇ ਦਾ ਕੜਾ, 4 ਅੰਗੂਠੀਆਂ, 1 ਚੈਨ ਸਮੇਤ ਭਾਰਤੀ ਅਤੇ ਵਿਦੇਸ਼ੀ ਕਰੰਸੀ ਵੀ ਲੈ ਗਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਲੁੱਟੇ ਗਏ ਸਮਾਨ ਸਮੇਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਸ਼ਾਮ ਨੂੰ ਇੰਦਰਪ੍ਰੀਤ ਸਿੰਘ ਵਾਸੀ ਖਾਨਪੁਰੀ ਗੇਟ ਨੇ ਥਾਣਾ ਸਿਟੀ ਵਿੱਚ ਇੱਕ ਕੰਪਲੇਂਟ ਦਰਜ ਕਰਾਈ ਵੀ ਉਹਦਾ ਮਾਮਾ ਅਤੇ ਮਾਮੀ ਜਿਹੜੇ ਕੈਨੇਡਾ ਤੋਂ ਆਏ ਹੋਏ ਸੀ ਉਹ ਬਾਜ਼ਾਰ ਵਿੱਚ ਸ਼ੋਪਿੰਗ ਕਰ ਰਹੇ ਸੀ ਅਤੇ ਕੋਈ 2 ਜਿਹੜੇ ਨੌਜਵਾਨ ਸੀ ਉਹਨਾਂ ਦਾ ਪਰਸ ਖੋਹ ਕੇ ਲੈ ਗਏ, ਜਿਸ 'ਤੇ FIR ਦਰਜ ਕਰਕੇ ਜਿਹੜੀ ਹੈ ਤਫਤੀਸ਼ ਆਰੰਭ ਕੀਤੀ ਗਈ। ਮਾਨਯੋਗ SSP ਸ਼੍ਰੀ ਗੌਰਵ ਗਰਵ ਜੀ ਦੇ ਹਦਾਇਤਾਂ 'ਤੇ ਇੰਸਪੈਕਟਰ ਗੋਵਿੰਦਰ ਕੁਮਾਰ ਜਿਹੜੇ SHO ਸਿਟੀ ਨੇ ਉਹਨਾਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਅਤੇ ਉਹਨਾਂ ਵਿੱਚੋਂ ਇਹ ਟੀਮ ਜਿਹੜੇ ਇਸ ਸਤਨਾਮ ਸਿੰਘ ਨੂੰ ਅੱਜ ਮੁਖਬਰ ਨੇ ਇਤਲਾਹ ਦਿੱਤੀ ਵੀ ਜਿਹੜੇ ਬੰਦੇ ਜਿਹੜੇ ਕੱਲ੍ਹ ਇੱਥੇ ਵਾਰਦਾਤ ਕਰਕੇ ਗਏ ਨੇ ਅੱਜ ਫਿਰ ਵਾਰਦਾਤ ਕਰਨ ਆ ਰਹੇ ਨੇ, ਜਿਸ 'ਤੇ ਇਸ ਸਤਨਾਮ ਸਿੰਘ ਨੇ ਇਹਨਾਂ ਦੋ ਮੋਨੇ ਨੌਜਵਾਨਾਂ ਨੂੰ ਰੋਕ ਕੇ ਜਿਹੜਾ ਆ ਪੁੱਛਗਿੱਛ ਕੀਤੀ ਅਤੇ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਵੀ ਅਸੀਂ ਕੱਲ੍ਹ ਜਿਹੜਾ ਪਰਸ ਖੋਇਆ ਸੀ ਉਹ ਅਸੀਂ ਜਿਹੜਾ ਆ ਫਲਾਣੀ ਜਗ੍ਹਾ ਛੁੱਟਿਆ ਅਤੇ ਜਿਹੜੇ ਪੈਸੇ ਜਿਹੜੇ ਇਹਨਾਂ ਦੇ ਕੋਲੋਂ ਜਿਹੜੇ ਆ ਸੋਨਾ, ਡਾਲਰ, ਰੁਪਈਏ, ਮੋਬਾਈਲ ਫੋਨ ਜਿਹੜੇ ਸਾਰੇ ਇਹਨਾਂ ਕੋਲ ਰਿਕਵਰ ਹੋ ਗਏ ਨੇ ਅਤੇ ਜਿਹੜੀ ਅਗਲੀ ਤਫਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹਦੇ ਵਿੱਚੋਂ ਕਰੀਬਨ 7-8 ਲੱਖ ਰੁਪਏ ਦੀ ਜਿਹੜੀ ਰਿਕਵਰੀ ਹੈ ਉਹ ਇਹਨਾਂ ਕੋਲ ਹੁਣ ਤੱਕ ਹੋ ਚੁੱਕੀ ਹੈ ਅਤੇ ਮੁੱਢਲੀ ਪੁੱਛਗਿੱਛ 'ਚ ਇਹ ਵੀ ਪਤਾ ਲੱਗਾ ਵੀ ਜਿਸ ਮੋਟਰਸਾਈਕਲ ਦੇ ਉੱਤੇ ਇਹਨਾਂ ਨੇ ਲੁੱਟ ਖੋਹ ਕੀਤੀ ਹੈ ਇਹ ਇਹਨਾਂ ਨੇ ਫਗਵਾੜੇ ਤੋਂ ਚੋਰੀ ਕੀਤਾ ਸੀ, ਉਹ ਵੀ ਜਿਹੜੀ ਪੜਤਾਲ ਅਸੀਂ ਕਰ ਰਹੇ ਹਾਂ। ਅਗਲੀ ਜੋ ਵੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਏਗਾ ਉਹ ਵੀ ਹਾਂ ਇਹਦੇ ਵਿੱਚ ਜਿਵੇਂ ਤੁਹਾਨੂੰ ਪ੍ਰੈਸ ਨੋਟ ਵਿੱਚ ਦੱਸਿਆ ਫੋਰਨ ਕਰੰਸੀ ਵਿੱਚ 200 ਜਿਹੜੇ ਡਾਲਰ ਕੈਨੇਡੀਅਨ ਸੀ, $115 ਅਮੈਰੀਕਨ ਸੀ ਅਤੇ 11,000 ਇੰਡੀਅਨ ਕਰੰਸੀ ਸੀ। ਉਸ ਤੋਂ ਇਲਾਵਾ ਜਿਹੜੇ ਸੋਨੇ ਦੇ ਵਿੱਚ ਇੱਕ ਚੈਨ ਸੀ, 4 ਮੁੰਦਰੀਆਂ ਸੀ, 3 ਵੰਗਾਂ ਸੀ, 1 ਕੜਾ ਸੀ। ਇਸ ਤੋਂ ਇਲਾਵਾ ਗੋਲਡ ਜਿਹੜਾ ਹੈਗਾ ਆਪਣਾ ਵਾਈਟ ਗੋਲਡ, ਉਹਦੇ ਜਿਹੜੇ ਕਾਫੀ ਮਹਿੰਗੇ ਨੇ 2 ਝੁਮਕੇ ਉਹ ਵੀ ਸੀ, ਉਹ ਸਾਰੇ ਅਸੀਂ ਰਿਕਵਰ ਕਰ ਲਏ ਨੇ। ਇਹਨਾਂ ਵਿੱਚੋਂ ਜਿਹੜਾ ਇੱਕ ਮੁੰਡਾ ਸ਼ੇਰਾ ਸੀ ਅਤੇ ਪਹਿਲਾਂ ਵੀ ਇੱਕ ਚੋਰੀ ਦਾ ਪਰਚਾ ਰਜਿਸਟਰ ਹੈ ਜਿਹੜਾ ਹੁਣ ਦਸੰਬਰ ਮਹੀਨੇ ਬੇਲੁੱਟ ਹੋਇਆ ਅਤੇ ਬਾਕੀ ਅਸੀਂ ਪੁੱਛਗਿੱਛ ਕਰ ਰਹੇ ਹਾਂ, ਜੋ ਵੀ ਗੱਲ ਸਾਹਮਣੇ ਆਏਗੀ ਉਹ ਤਫਤੀਸ਼ ਵਿੱਚ ਅੱਗੇ ਲਿਆਂਦੀ ਜਾਏਗੀ। ਇਹ ਜਿਹੜੇ CCTV ਕੈਮਰੇ ਸ਼ਹਿਰ ਵਿੱਚ ਲੱਗੇ ਹੋਏ ਨੇ ਉਹਨਾਂ ਤੋਂ ਵੀ ਅਸੀਂ ਹੈਲਪ ਲਈ। ਉਸ ਤੋਂ ਇਲਾਵਾ ਜਿਹੜੇ ਸਾਡੇ ਮੁੱਖ ਖਾਸ ਨੇ ਜਾਂ ਜਿਹੜੇ ਕ੍ਰਿਮੀਨਲ ਓਟ ਨੇ ਜਿਹੜਾ ਇੱਕ ਦੂਜੇ ਨਾਲ ਆਪਣੀ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ, ਉਹ ਤੋਂ ਇਲਾਵਾ ਇੰਸਪੈਕਟਰ ਗੋਵਿੰਦਰ ਕੁਮਾਰ ਜਿਹੜੇ SHO City ਲੱਗੇ ਉਹਨਾਂ ਨੂੰ ਇਨਫੋਰਮੇਸ਼ਨ ਗੁਪਤ ਮਿਲੀ ਸੀ ਵੀ ਇਹ ਜਿਹੜੇ ਵਾਰਦਾਤ ਜਿਹੜਾ ਕੀਤੀ ਗਈ ਅੱਜ ਫਿਰ ਇਹ ਵਾਰਦਾਤ ਕਰਨ ਆ ਰਹੇ ਨੇ, ਜਿੱਥੇ ਸਪੈਸ਼ਲ ਜਿਹੜੇ ਨਾਕੇ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ। ਇਹ ਫਿਲਹਾਲ ਤਾਂ ਇਹ 2 ਸਾਹਮਣੇ ਆਏ ਨੇ, ਬਟ ਹਜੇ ਇਹਨਾਂ ਕੋਲ ਮਜੀਦ ਜਿਹੜੀ ਹੈ ਪੁੱਛ ਪੜਤਾਲ ਕਰਾਂਗੇ ਅਤੇ ਜੇ ਕੋਈ ਹੋਰ ਵੀ ਇਹਨਾਂ ਦੇ ਵਿੱਚ ਨਾਲ ਕੋਈ ਸ਼ਾਮਿਲ ਹੋਇਆ ਤਾਂ ਉਹਨੂੰ ਵੀ ਅਰੈਸਟ ਕੀਤਾ ਜਾਏਗਾ। ਇਹ ਫਿਲਹਾਲ ਤਾਂ ਇਹਨਾਂ ਨੇ ਟਾਰਗੇਟ ਜਿਹੜਾ ਭੀੜ ਭੜੱਕੇ ਵਾਲੀ ਜਗ੍ਹਾ ਦੇ ਵਿੱਚੋਂ ਇਹ ਵਾਰਦਾਤ ਕਰਦੇ ਨੇ, ਬਟ ਜਿਹੜੀ ਮਜੀਦ ਜਿਹੜੀ ਕੀਤੀ ਜਾ ਰਹੀ ਹੈ ਜਿਹੜੀ ਹੋਰ ਵੀ ਕੋਈ ਗੱਲ ਸਾਹਮਣੇ ਆਏਗੀ ਉਹ ਵੀ ਤੁਹਾਡੇ ਧਿਆਨ 'ਚ ਲਿਆਂਦੀ ਜਾਏਗੀ।
ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।